ਸੁਬਹਾ ਇੰਨੀ ਜ਼ਿਆਦਾ ਗਰਮੀ ਔਰ ਸੂਰਜ ਅੱਗ ਬਰਸਾ ਰਿਹਾ ਸੀ, ਲੇਕਿਨ ਨਾਲ ਹੀ ਅੱਲਾਹ ਤਾਲਾ ਨੇ ਇਨਸਾਨਾਂ ਵਾਸਤੇ ਮੌਸਮ ਠੰਡਾ ਕਰ ਦਿੱਤਾ ਔਰ ਇਨਸਾਨ ਇਹ ਤਾਜ਼ੀਆਂ ਸਬਜ਼ੀਆਂ ਖਾ ਕੇ ਅਤੇ ਐਨਰਜੀ ਹਾਸਲ ਕਰਦੇ ਨੇ ਔਰ ਅੱਲਾਹ ਤਾਲਾ ਦੀਆਂ ਨਿਮਤਾਂ ਦਾ ਸ਼ੁਕਰ ਅਦਾ ਕਰਦੇ ਨੇ। ਇਹ ਹੁਣ ਮੈਂ ਜਿਸ ਜਗ੍ਹਾ ਤੋਂ ਗੁਜ਼ਰ ਰਿਹਾ ਵਾਂ, ਫਿਰ ਦੋਸਤੋ ਇਹ ਦੇਖੋ ਪਿਆਜ਼ ਦੀ ਫਸਲ ਲੱਗੀ ਹੈ। ਇਹ ਦੂਰ ਤੱਕ ਤਹੱਤੇ ਨਿਗਾਹ ਪਿਆਜ਼ ਹੀ ਪਿਆਜ਼। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਦੋਸਤੋ ਅਸਲਾਮੁ ਅਲੈਕੁਮ। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਸਿਹਤ ਔਰ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ, ਆਮੀਨ ਸੁਮਾਮੀ। ਦੋਸਤੋ ਅੱਜ ਸੁਬਹਾ ਬੜੀ ਗਰਮੀ ਸੀ ਔਰ ਬੜਾ ਗਰਮ ਮੌਸਮ ਸੀ, ਧੁੱਪ ਬੜੀ ਜ਼ਬਰਦਸਤ ਨਿਕਲੀ ਸੀ ਅਤੇ ਦਿਲ ਨਹੀਂ ਸੀ ਕਰ ਰਿਹਾ ਕਿ ਇਸ ਮੌਸਮ ਦੇ ਵਿੱਚ ਨਾ ਬਾਹਰ ਨਿਕਲਿਆ ਜਾਏ, ਲੇਕਿਨ ਨਾਲ ਹੀ ਅੱਲਾਹ ਤਾਲਾ ਦੀ ਤਰਫੋਂ ਰਹਿਮਤ ਸ਼ੁਰੂ ਹੋ ਗਈ ਹੈ। ਠੰਡਾ ਮੌਸਮ ਹੋ ਗਿਆ, ਬੱਦਲ ਛਾ ਗਏ ਨੇ, ਇਹ ਦੇਖੋ ਬੱਦਲ ਛਾ ਗਏ ਨੇ ਅਤੇ ਹੁਣ ਅਸੀਂ ਕੋਸ਼ਿਸ਼ ਕਰਨ ਲੱਗੇ ਹਾਂ ਕਿ ਬਾਹਰ ਨਿਕਲੀਏ ਔਰ ਖੇਤਾਂ ਦੀ ਸੈਰ ਵੀ ਕਰੀਏ ਔਰ ਮੌਸਮ ਨੂੰ ਇੰਜੋਏ ਵੀ ਕਰੀਏ। ਤੁਸੀਂ ਸੁਣ ਰਹੇ ਹੋ ਕਿ ਬੱਦਲ ਜਿਹੜਾ ਨਾ ਗੱਜ ਰਿਹਾ ਔਰ ਬੈਕ 'ਤੇ ਤੁਸੀਂ ਬੱਦਲ ਛਾਏ ਹੋਏ ਨਜ਼ਰ ਵੀ ਆ ਰਹੇ ਨੇ ਔਰ ਇਹ ਸਾਡੇ ਰਸਤੇ ਦੇ ਵਿੱਚ ਗੰਦਮ ਦੀ ਫਸਲ ਲੱਗੀ ਹੈ। ਗੰਦਮ ਦੀ ਫਸਲ ਦੇ ਨਾਲ ਸ਼ਿਕਟਾਲੇ ਦੀ ਫਸਲ ਔਰ ਸਰਸੋਂ ਦੇ ਫੁੱਲ ਨਜ਼ਰ ਆ ਰਹੇ। ਥੋੜ੍ਹਾ ਜਿਹਾ ਅੱਗੇ ਆਏ ਹਾਂ ਅਤੇ ਅੱਗੇ ਆ ਕੇ ਦੇਖਿਆ ਕਿ ਇਹ ਗੋਭੀ ਦੀ ਫਸਲ ਵੀ ਲੱਗੀ ਹੈ। ਅਤੇ ਦੋਸਤੋ ਗਾਉਂ ਦਿਹਾਤ ਦੀ ਜ਼ਿੰਦਗੀ, ਖੂਬਸੂਰਤ ਜ਼ਿੰਦਗੀ, ਪੋਲਿਊਸ਼ਨ ਤੋਂ ਪਾਕ ਜ਼ਿੰਦਗੀ ਔਰ ਟੈਨਸ਼ਨਾਂ ਤੋਂ ਪਾਕ ਵੀ ਜ਼ਿੰਦਗੀ। ਬੱਦਲ ਆਪਣਾ ਜੋਸ਼ ਦਿਖਾ ਰਿਹਾ ਔਰ ਜੋਸ਼ ਦੇ ਨਾਲ ਗੱਜ ਰਿਹਾ। ਹੁਣ ਰਸਤੇ 'ਚ ਕਬਰਸਤਾਨ ਆ ਗਿਆ। ਸਲਾਮ ਅਲੈਕੁਮ ਜਵਾਹਰ ਲਾਲ ਕਪੂਰ। ਕਬਰਸਤਾਨ 'ਚੋਂ ਹੁਣ ਨਿਕਲੇ ਹਾਂ, ਅੱਗੇ ਜਾ ਰਹੇ ਹਾਂ ਖੇਤਾਂ ਦੀ ਤਰਫ ਔਰ ਬੱਦਲ ਗੱਜਣ ਦੇ ਤੁਹਾਨੂੰ ਬਾਰ ਬਾਰ ਆਵਾਜ਼ ਆ ਰਹੀ ਹੈ ਔਰ ਐਸ਼ਟਾਲ ਪਾਣੀ ਲੱਗਾ ਫਸਲਾਂ ਨੂੰ। ਦੇਖੋ ਜੀ ਪਿਆਜ਼ ਦੀ ਫਸਲ ਹੈ ਔਰ ਉਹਨੂੰ ਪਾਣੀ ਲਾ ਲਿਆ। ਇਹ ਪਿਆਜ਼ ਕਿੱਡਾ ਕਿੱਡਾ ਹੋਏ ਹੈ, ਇਹ ਸਾਰੀ ਪਿਆਜ਼ ਦੀ ਫਸਲ। ਇਹ ਮਿਰਚਾਂ ਲੱਗੀਆਂ ਨੇ ਅਤੇ ਦੋਸਤੋ ਬੱਦਲ ਜਿਹੜਾ ਨਾ ਬੜਾ ਜ਼ਿਆਦਾ ਗੱਜ ਰਿਹਾ ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਖੇਤਾਂ ਦੀ ਸੈਰ ਕਰੀਏ ਔਰ ਨਾਲ ਨਾਲ ਦੱਸੀਏ ਕਿ ਇਹ ਖੇਤਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਸਬਜ਼ੀਆਂ ਲੱਗੀਆਂ ਨੇ, ਉਹ ਆਸਤਾ ਆਸਤਾ ਤੁਹਾਨੂੰ ਥੋੜ੍ਹੀਆਂ ਥੋੜ੍ਹੀਆਂ ਦਿਖਾ ਰਹੇ ਹਾਂ। ਔਰ ਅਸੀਂ ਹੁਣ ਜਿੱਥੋਂ ਗੁਜ਼ਰ ਰਹੇ ਹਾਂ ਇੱਥੇ ਟਮਾਟਰਾਂ ਦੀ ਫਸਲ ਲੱਗੀ ਹੈ। ਟਮਾਟਰ ਨੇ ਇਹ ਦੇਖੋ ਟਮਾਟਰ ਲੱਗੇ ਦੂਰ ਤੱਕ ਤਹੱਤੇ ਨਿਗਾਹ, ਟਮਾਟਰਾਂ ਦੀ ਵੀ ਫਸਲ ਲੱਗੀ। ਸਬਜ਼ ਹਰਿਆਲੀ
ਹਰਿਆਲੀ ਹਰ ਤਰ ਛਾਈ ਹੈ। ਐਵੇਂ ਗਾਉਂ ਦਿਹਾਤੀ ਜ਼ਿੰਦਗੀ ਔਰ ਸਾਫ਼ ਸੁਥਰੀਆਂ ਔਰ ਤਾਜ਼ੀਆਂ ਸਬਜ਼ੀਆਂ ਹਰ ਵਕਤ ਮੁਹੱਈਆ ਰਹਿੰਦੀਆਂ ਨੇ ਔਰ ਜਿਹੜਾ ਕਿਸਾਨ ਹੈ ਉਹ ਅੱਲਾਹ ਤਾਲਾ ਦੀਆਂ ਨੇਮਤਾਂ ਉਗਾਉਂਦਾ ਔਰ ਇਨਸਾਨਾਂ ਤੱਕ ਪਹੁੰਚਾਉਂਦਾ ਔਰ ਇਨਸਾਨ ਇਹ ਤਾਜ਼ੀਆਂ ਸਬਜ਼ੀਆਂ ਖਾ ਕੇ ਅਤੇ ਐਨਰਜੀ ਹਾਸਿਲ ਕਰਦੇ ਨੇ ਔਰ ਅੱਲਾਹ ਤਾਲਾ ਦੀਆਂ ਨੇਮਤਾਂ ਦਾ ਸ਼ੁਕਰ ਅਦਾ ਕਰਦੇ ਨੇ। ਹੁਣ ਮੈਂ ਜਿਸ ਜਗ੍ਹਾ ਤੋਂ ਗੁਜ਼ਰ ਰਿਹਾ ਵਾਂ ਇਹ ਦੋਨਾਂ ਸਾਈਡਾਂ ਦੇ ਉੱਤੇ ਟਮਾਟਰ ਦੀ ਫਸਲ ਲੱਗੀ ਹੈ ਔਰ ਇਸ ਸਾਈਡ 'ਤੇ ਵੀ ਇੱਧਰ ਪੌਦੇ ਛੋਟੇ ਨੇ, ਫੁੱਲ ਵਗੈਰਾ ਲੱਗੇ ਨੇ ਲੇਕਿਨ ਟਮਾਟਰ ਘੱਟ ਲੱਗੇ ਨੇ ਔਰ ਇਸ ਸਾਈਡ 'ਤੇ ਟਮਾਟਰ ਜ਼ਿਆਦਾ ਲੱਗ ਗਏ ਨੇ। ਇਹ ਪੌਦੇ ਵੀ ਵੱਡੇ ਹੋ ਗਏ ਨੇ, ਇਸ ਸਾਈਡ 'ਤੇ ਪੌਦੇ ਵੀ ਵੱਡੇ ਹੋ ਗਏ ਨੇ ਅਤੇ ਟਮਾਟਰ ਵੀ ਲੱਗੇ ਨੇ। ਮੁਮਕਿਨ ਹੈ ਕਿ 2-4 ਦਿਨ ਤੱਕ ਜਿਹੜੇ ਨਾ ਪੱਕ ਜਾਣ ਔਰ ਮੰਡੀ ਦੇ ਵਿੱਚ ਚਲੇ ਜਾਣ ਸੇਲ ਆਉਣ ਵਾਸਤੇ। ਅੱਲਾਹ ਤਾਲਾ ਦਾ ਜਿੰਨਾ ਵੀ ਸ਼ੁਕਰ ਅਦਾ ਕੀਤਾ ਜਾਏ ਉਹ ਘੱਟ ਹੈ। ਸੁਬਹਾ ਇੰਨੀ ਜ਼ਿਆਦਾ ਗਰਮੀ ਔਰ ਸੂਰਜ ਅੱਗ ਬਰਸਾ ਰਿਹਾ ਸੀ ਲੇਕਿਨ ਨਾਲ ਹੀ ਅੱਲਾਹ ਤਾਲਾ ਨੇ ਇਨਸਾਨਾਂ ਵਾਸਤੇ ਮੌਸਮ ਠੰਡਾ ਕਰ ਦਿੱਤਾ ਤਾਂ ਕਿ ਇਨਸਾਨ ਮੇਰਾ ਸ਼ੁਕਰ ਅਦਾ ਕਰ ਸਕਣ। ਅੱਲਾਹ ਤਾਲਾ ਇਨਸਾਨਾਂ ਵਾਸਤੇ ਹਰ ਵਕਤ ਬਿਹਤਰ ਸੋਚਦਾ, ਬਿਹਤਰ ਕਰਦਾ ਲੇਕਿਨ ਇਨਸਾਨ ਹੈ ਕਿ ਭੁੱਲੇ ਹੈ। ਫਿਰ ਦੋਸਤੋ ਇਹ ਦੇਖੋ ਪਿਆਜ਼ ਦੀ ਫਸਲ ਲੱਗੀ ਹੈ, ਇਹ ਦੂਰ ਤੱਕ ਤਹੱਦੇ ਨਿਗਾਹ ਪਿਆਜ਼ ਹੀ ਪਿਆਜ਼ ਹੈ। ਅਤੇ ਦੋਸਤੋ ਹੁਣ ਇਹ ਮਹਿਸੂਸ ਹੋ ਰਿਹਾ ਕਿ ਸ਼ਾਇਦ ਬਾਰਿਸ਼ ਆ ਜਾਏਗੀ ਕਿਉਂਕਿ ਇੱਕਾ ਦੁੱਕਾ ਬਾਰਿਸ਼ ਦੀਆਂ ਬੂੰਦਾਂ ਜਿਹੜੀਆਂ ਨਾ ਡਿੱਗਣੀਆਂ ਸ਼ੁਰੂ ਹੋ ਗਈਆਂ ਨੇ ਔਰ ਸਾਡਾ ਘਰ ਦਾ ਰਸਤਾ ਜਿਹੜਾ ਇਸ ਤੋਂ ਬੜਾ ਦੂਰ ਹੈ ਔਰ ਬੜੀ ਦੂਰ ਆ ਗਏ। ਅਸੀਂ ਗੱਲਾਂ ਕਰਦੇ ਹਾਂ, ਤੁਹਾਨੂੰ ਚੀਜ਼ਾਂ ਦਿਖਾਉਂਦੇ ਹਾਂ, ਤੁਹਾਨੂੰ ਖੇਤ ਦਿਖਾਉਂਦੇ ਹਾਂ ਅਤੇ ਅੱਜ ਲਈ ਇੰਨਾ ਹੀ। ਹੁਣ ਸਾਨੂੰ ਯਾਦ ਦਿਓ, ਦੁਆਵਾਂ 'ਚ ਯਾਦ ਰੱਖਿਆ ਜੇ, ਜਿਉਂਦੇ ਰਹੋ, ਵੱਸਦੇ ਰਹੋ। ਅੱਲਾ ਨਿਗਹਿਬਾਨ।